ਭਾਈ ਵੀਰ ਸਿੰਘ ਦਾ ਨੋਵਲ ਸਤਵੰਤ ਕੌਰ ਦਾ 8ਵਾਂ ਕਾંડ ਸਤਵੰਤ ਕੌਰ ਦੀ ਸੁਣੋ ਉਸ ਕੁਰਨੇ 'ਚ ਸਮਾਂ ਕੱਟਦੀ ਰਹੀ ਪਰ ਕਦੇ ਇਹ ਨਹੀਂ ਸਮਝ ਬੈਠੀ ਕਿ ਮੇਰਾ ਘਰ ਹੈ ਜੈਸ ਬੰਦੀਖਾਨੇ 'ਚ ਉਮਰ ਕਟਾਂਗੀ ਉਹ ਪਿਤਾ ਦਾ ਘਰ ਉਹ ਧਰਮਸ਼ਾਲਾ ਦੀ ਕੀਰਤਨ ਦੀ ਚਰਨਾਟ ਉਹ ਸਤ ਸੰਗਤਾਂ ਦੀ ਠੰਡੀ ਰੌਣਕ ਜੋੜ ਮੇਲ ਜੋ ਕਈ ਵਾਰ ਤੁਰਕਾਂ ਤੋਂ ਡਰਦਿਆਂ ਲੁੱਕੇ ਵੀ ਹੁੰਦੇ ਸਨ ਦਿਲ ਨੂੰ ਖਿੱਚਦੇ ਰਹਿੰਦੇ ਉਦਨ ਰਾਤ ਆਪਣੇ ਵਤਨ ਪਹੁੰਚਣ ਦੀ ਧੁੰ ਚ ਰਹਿੰਦੀ ਸਾਧਨ ਸੋਚਦੀ ਆ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੀ ਸਤਵੰਤ ਕੌਰ ਨੇ ਉਹਨਾਂ ਦਿਨਾਂ 'ਚ ਫਾਤਿਮਾ ਦੇ ਰਹੀਂ ਆਪਣੇ ਮੇਚੇ ਦੇ ਮਰਦਾਂਵੇਂ ਕੱਪੜੇ ਵੀ ਬਣਵਾ ਲਏ ਸਨ ਕਿਉਂਕਿ ਉਹਨੂੰ ਇੱਕੋ ਇਹੋ ਸੂਰਤ ਬਚਾ ਦੀ ਦਿੱਸਦੀ ਸੀ ਕਿ ਮਰਦਾਂਵੇਂ ਪੇਸ਼ਟ ਦੇ ਸੱਪੜੇ ਇਹ ਕੁਦਰਤੀ ਮੌਜੂਦ ਵੀ ਉਹਨੂੰ ਸੀ ਕਿ ਸਰੀਰ ਲਮੇਰਾ ਸੀ ਚਿਹਰੇ ਤੇ ਸਾਵੀਆਂ ਬਿੰਦੀਆਂ ਵੀ ਨਹੀਂ ਸਨ ਜੋ ਕੁਝ ਸਮੇਂ ਤੋਂ ਰਿਸੋ ਰੀ ਸੀ ਚਮੜਾ ਪੱਛ ਕੇ ਸਿੰਘਣੀਆਂ ਵੀ ਕੱਢ ਲੈਂਦੀਆਂ ਹਨ ਪੁਰਾਤਨ ਸਮੇਂ 'ਚ ਭਾਰਤਵਰਸ਼ ਦੀਆਂ ਇਸਤਰੀਆਂ ਉਹ ਬਿੰਦੀ ਵਰਤਦੀਆਂ ਸਨ ਜੋ ਤੋਤਿਆਂ ਲੈ ਜਾਂਦੀ ਸੀ ਉਹ ਸਦਾ ਦਾ ਦਾਗ ਹਿੰਦ ਦੇ ਜੰਗਲੀ ਲੋਕਾਂ 'ਚ ਹੁੰਦਾ ਸੀ ਜਿਹਦੇ ਸਬੂਤ ਲਈ ਅੱਜਕੱਲ੍ਹ ਦੀਆਂ ਪੁਰਾਤਨ ਅਸਲੀ ਅਵਿਧਿਆ ਕੌਮਾਂ ਵੱਲ ਦੇਖ ਲਓ ਕਿ ਸਾਰਾ ਸਰੀਰ ਇਕੱਠ ਕਰ ਪੱਛ ਕੇ ਕਈ ਸ਼ਕਲ ਬਣਾ ਕੇ ਕਈ ਸ਼ਕਲਾਂ ਬਣਾ ਕੇ ਆਪਣੇ ਆਪ ਨੂੰ ਕੁੱਝੀਆਂ ਕਰਦੀਆਂ ਹਨ ਮੁਸਲਮਾਨਾਂ ਦੇ ਵੇਲੇ ਕੁਝ ਤਾਂ ਡਰਦੇ ਆ ਕਿ ਚਿਹਰਾ ਕ੍ਰੂਪ ਹੋ ਜਾਏ ਕੁਝ ਇਹ ਸੋਚਦੇ ਕਿ ਨੀਚ ਮਾਲੂਮ ਹੋਣ ਤੇ ਮੁਸਲਮਾਨ ਸਰਦਾਰ ਕੋ ਨਾ ਲੈਣ ਇੱਕ ਇਹ ਮੁਕਾਲਕ ਦਾ ਟਿੱਕਾ ਪ੍ਰਦਾਨ ਹੋ ਗਿਆ ਸੀ ਪਰ ਖਾਲਸੇ ਜੀ ਨੇ ਗੁਲਾਮੀ ਨੂੰ ਸੁਰੰਗ ਲਾਈ ਤੇ ਸੁਤੰਤਰਤਾ ਦਾ ਡੰਕਾ ਵਜਾਇਆ ਤਦ ਕੰਨ ਪੜਾਉਣ ਆਦ ਜੋ ਗੁਲਾਮੀ ਦੇ ਲੱਛਣ ਸਨ ਸ਼ੁਰੂ ਵਿੱਚ ਹੀ ਛੱਡੇ ਗਏ ਔਰ ਨਾਲ ਸਿੰਘਣੀਆਂ ਨੇ ਬਿੰਦੀ ਦੂਰ ਕਰਕੇ ਅਕਲੰਕ ਚਿਹਰੇ ਰੱਖਣ ਦੀ ਆਗਿਆ ਪਾਈ ਇਦਾ ਭਾਵ ਹੈ ਕਿ ਸਿੱਖ ਗਰਉ ਦੇ ਸਮੇਂ ਕੰਨੀ ਵਾਲੇ ਪਾਉਣ ਦਾ ਰਿਵਾਜ ਮੁੜ ਕੇ ਆ ਪਿਆ ਸੀ ਵਾਲੇ ਦਾ ਮਤਲਬ ਵਾਲੀਆਂ ਪਾਉਂਦਾ ਤੇ ਜੇ ਸਤਵੰਤ ਕੋਰ ਦੇ ਚਿਹਰੇ ਪਰੇ ਰੋਗ ਹੁੰਦਾ ਤਦ ਖਤਰਾ ਸੀ ਕਿ ਮਰਦਾਵੇਂ ਭੇਸ 'ਚ ਵੀ ਪਛਾਣ ਹੋ ਜਾਂਦੀ ਤੇ ਉਧਰ ਹੁਣ ਸੈਦ ਨੂੰ ਚੌ ਕਿਥੇ ਭੇਦ ਦੇ ਨੇੜੇ ਤੇੜੇ ਅੱਪੜ ਗਏ ਪਰ ਤੋੜ ਨਾ ਪਹੁੰਚੇ ਹਰ ਵੇਲੇ ਇਸ ਗੱਲ ਦੀ ਧੁੰਨ 'ਚ ਰਹੇ ਕਿ ਕਿਹੜੇ ਵੇਲੇ ਆਪਣੇ ਮਤਲਬ ਨੂੰ ਪਹੁੰਚਾ ਇੱਕ ਦਿਨ ਉਹ ਕਮਰੇ ਦੇ ਅੰਦਰ ਇੱਕ ਨੁੱਕਰ 'ਚ ਮੈਲੇ ਕੱਪੜਿਆਂ ਦੇ ਢੇਰ ਛਿਪ ਲੁਕ ਰਹੀ ਤੇ ਜਦ ਦੁਪਹਿਰ ਵੇਲੇ ਫਾਤਿਮਾ ਵਿਹਲੀ ਹੋ ਕੇ ਆਈ ਅਰਸ਼ਤਵੰਤ ਕੌਰ ਦੇ ਅੰਦਰ ਬੜੀ ਜਦ ਸ਼ੈਤਾਨ ਸੈਦ ਨੇ ਸਾਰਾ ਭੇਤ ਦੇਖ ਲਿਆ ਔਰ ਬੜੇ ਖੁਸ਼ ਦਿਲ ਬਾਹਰ ਚਲੀ ਗਈ ਇਸ ਪ੍ਰਕਾਰ ਕਈ ਵਾਰੋਂ ਨੇ ਲੁੱਕ ਕੇ ਦੇਖ ਦੇਖ ਕੇ ਪੱਕਾ ਵੱਲ ਸਿੱਖ ਲਿਆ ਤੇ ਕੁੰਜੀ ਦੀ ਗੁਪਤ ਥਾਂ ਵੀ ਤਾੜ ਲਈ ਇੱਕ ਦਿਨ ਰਾਤ ਵੇਲੇ ਜਦ ਸਾਰੇ ਸੌਂ ਗਏ ਤਾਂ ਦੋਨੇ ਬੂਹੇ ਖੋਲਣ ਦਾ ਯਤਨ ਕੀਤਾ ਯਤਨ ਕੀ ਕੀਤਾ ਖੋਲ ਹੀ ਲੇਤਾ ਔਰ ਬੰਦ ਕਰਕੇ ਫਿਰ ਸਵੇਰੇ 4 ਵਜੇ ਜਾ ਕੇ ਖੋਲਿਆ। ਹਰ ਇੱਕ ਕਦਮ ਅੰਦਰ ਵੀ ਬੜੀ ਹਨੇਰੀ ਕਰਕੇ ਦਿਸਿਆ ਤਾਂ ਕੁਝ ਨਾ ਪਰ ਮੱਧਮ ਜੀ ਆਵਾਜ਼ ਸੁਆਸਾਂ ਦੀ ਆਈ। ਉਹਨੇ ਜਦ ਤੱਕ ਕੋਈ ਸੌ ਰਿਹਾ ਤਦ ਜ਼ਰਾ ਕੁ ਟਠੰਬਰ ਕੇ ਡਿਠੋ ਸੋ ਤਬ ਬਾਹਰਲੇ ਕਮਰੇ ਦੀ ਅੰਗੀਠੀ ਦੀ ਲੋ ਜੋ ਮੱਧਮ ਜੀ ਉਸੰਦਰ ਪੈ ਰਹੀ ਸੀ। ਚੌਂਕੜੀ ਲੱਗੀ ਹੋਈ ਕੋਈ ਸੂਰਤ ਬੈਠੀ ਪਾਸੇ। ਜਿਹਦੀ ਪਿੱਠ ਹੋਣ ਕਰਕੇ ਠੀਕ ਪਤਾ ਨਹੀਂ ਲੱਗਦਾ ਸੀ ਕਿ ਕੌਣ ਹੈ। ਸੈਦ ਜ਼ਰਾ ਕੋ ਖੜੀ ਰਹੀ ਪਲ ਕੋ ਮਗਰੋਂ ਸੂਰਤ ਹਿੱਲੀ ਹਿੱਲਦੀ ਦੇਖ ਕੇ ਪਿਛਲੇ ਪੈਰੀ ਮੁੜੀ ਅਰਬੂਆ ਬੰਦ ਕਰ ਦਿੱਤਾ ਸਤਵੰਤ ਕਾ ਰੁੱਠੀ ਅਰ ਕਾਬਰੀ ਕਿ ਅੱਜ ਦੋ ਵੇਰ ਬੂਆ ਖੁੱਲ ਕੇ ਵੱਜ ਗਿਆ ਤੇ ਫਾਤਿਮਾ ਨਹੀਂ ਆਈ ਜ਼ਰੂਰ ਭੇਤ ਪਾਟ ਗਿਆ ਅਰ ਕਿਸੇ ਤੀਸਰੇ ਨੂੰ ਪਤਾ ਲੱਗ ਗਿਆ ਦਿਨ ਹੋਏ ਜਦ ਫਾਤਿਮਾ ਸਤਵੰਤ ਨੂੰ ਮਿਲਣ ਆਈ ਤਾਂ ਦੋਨੋਂ ਕਮਰ ਕੱਸਾ ਕੀਤਾ ਹੋਇਆ ਤਿਆਰ ਬਰ ਤਿਆਰ ਪਾਇਆ ਇਹ ਦੇਖ ਫਾਤਿਮਾ ਚਰਜ ਹੋ ਪੁੱਛਣ ਲੱਗੀ ਕਿ ਕੀ ਕਾਰਨ ਹੈ ਸਤਵੰਤ ਕਰਨੇ ਉੱਤਰ ਦਿੱਤਾ ਕਿ ਹੁਣ ਇੱਥੇ ਰਹਿਣਾ ਸਾਡੇ ਦੋਹਾਂ ਲਈ ਦੁੱਖ ਦਾ ਕਾਰਨ ਹੈ ਕਿਸੇ ਤੀਸਰੇ ਨੂੰ ਭੇਦ ਪਤਾ ਲੱਗਿਆ ਅੱਜ ਰਾਤ ਦੋ ਵੇਰ ਬੇਵਕਤ ਬੂਆ ਖੁੱਲਿਆ ਅਰਉਪਰੇ ਦੀ ਆਹਟ ਮੈਂ ਸੁਣੀ ਭਾਵੇਂ ਸੂਰਤ ਨਹੀਂ ਦਿੱਠੀ ਪਰ ਮੈਂ ਕਹਿ ਸਕਦੀਆਂ ਕਿ ਤੁਸੀਂ ਨਹੀਂ ਸੀਗੇ ਫਾਤਿਮਾ ਨੇ ਅਚੰਬਤ ਹੋ ਕੇ ਕਿਹਾ ਕਿ ਹਾਂ ਮੈਂ ਨਹੀਂ ਸੀ ਪਰ ਕੀ ਪਤਾ ਲੱਗੇ ਉਹ ਕੌਣ ਸੀ ਸਤਵੰਤ ਕਰ ਬੋਲੀ ਬੀਬੀ ਜੀ ਭਾਵੇਂ ਮੈਂ ਵਾਕਫ ਨਹੀਂ ਸੂਰਤ ਨਹੀਂ ਡਿੱਠੀ ਪਰ ਮੇਰਾ ਸ਼ੁਭਾ ਪੱਕਾ ਹੈ ਇਹ ਹੈ ਕਿ ਕਾਰਾ ਤੁਹਾਡੀ ਗੋਲੀ ਸੈਦ ਦਾ ਹੈ ਸੈਦ ਦੇ ਲੱਛਣ ਚੰਗੇ ਨਹੀਂ ਤੁਹਾਡੇ ਘਰ 'ਚ ਇਨੇ ਵੈਰਾਨੀ ਪੈਦਾ ਕਰਨੀ ਹੈ ਫਾਤਿਮਾ ਮੈਨੂੰ ਇੰਨੀ ਸਮਝ ਨਹੀਂ ਪਰ ਸ਼ੱਕ ਉਸ ਉੱਤੇ ਮੈਨੂੰ ਵੀ ਪੈਂਦਾ ਹੈ ਅਰ ਤੁਹਾਡੇ ਕਹੇ ਪਰ ਮੈਂ ਇਹਨੂੰ ਕੱਢਣ ਦੀ ਦਾ ਬੰਦੋਬਸਤ ਕੀਤਾ ਸੀ ਪਰ ਖਾਨ ਸਾਹਿਬ ਮੰਨਦੇ ਨਹੀਂ ਸੀ ਹੁਣ ਉਹਨਾਂ ਦੀ ਮਰਜ਼ੀ ਰੱਦ ਕੇ ਮੈਂ ਕਿਸ ਤਰ੍ਹਾਂ ਧੱਕਾ ਕਰਾਂ ਸਤਵੰਤ ਕਰ ਮੈਂ ਨਹੀਂ ਚਾਹੁੰਦੀ ਤੁਸੀਂ ਧੱਕਾ ਕਰੋ ਔਰ ਨਾ ਮੈਂ ਚਾਹੁੰਦੀ ਆ ਮੇਰੇ ਪਿੱਛੇ ਸੈਦ ਨੂੰ ਕੱਢੋ ਪਰ ਤੁਸੀਂ ਆਪਣੇ ਸੁੱਖ ਪਿੱਛੇ ਗੰਦੀ ਉਂਗਲ ਵੱਡੋ ਔਰ ਮੈਂ ਹੁਣ ਕਿਨਾਰਾ ਕਰਿਆ ਚਾਹੁੰਦੀ ਆ ਮੇਰਾ ਦਿਲ ਨਹੀਂ ਚਾਹੁੰਦਾ ਕਿ ਸੈਦ ਮੈਨੂੰ ਫੇਰ ਇੱਥੇ ਵੇਖੇ ਫਾਤਿਮਾ ਆਪ ਦਾ ਕਥਨ ਠੀਕ ਹੈ ਪਰ ਮੈਂ ਆਪ ਤੋ ਅੱਡ ਨਹੀਂ ਹੋਇਆ ਲੋੜਦੀ ਆਪ ਇਸ ਕਮਰੇ ਨੂੰ ਛੱਡ ਦਿਓ ਇੱਕ ਹੋਰ ਕਮਰਾ ਹੈ ਜਿਹਦੀ ਬਣਤ ਇਸੇ ਤਰ੍ਹਾਂ ਦੀ ਆ ਰੱਗੇ ਜਾ ਕੇ ਇਹਦੇ ਰਸਤੇ ਨਾਲ ਮਿਲ ਜਾਂਦਾ ਔਰ ਉਧਰੋਂ ਪਤਾ ਨਹੀਂ ਲੱਗ ਸਕਦਾ ਮੇਰੀ ਸੋਚ ਵਿੱਚ ਚੰਗੀ ਗੱਲ ਇਹ ਹੈ ਕਿ ਤੁਸੀਂ ਉਧਰ ਚਲੇ ਜਾਓ सतवंत कौर ਹਾਲੇ ਸਲਾਹ ਇਹੋ ਨੇਕ ਹੈ ਕਿਉਂਕਿ ਇਸ ਸੈਦ ਨੂੰ ਕੱਢਣ ਦਾ ਮੌਕਾ ਮਿਲੇਗਾ ਸੈਦ ਨੇ ਕੁਛ ਨਾ ਕੁਛ ਕਰਨਾ ਹੈ ਔਰ ਕਿਸੇ ਵੇਲੇ ਝੂਠੀ ਪਏਗੀ ਗੱਲ ਕਾਦੀ ਢੇਰ ਚਿਰ ਦੀ ਸੋਚ ਮਗਰੋਂ ਇਹੀ ਸਲਾਹ ਪੱਕੀ ਠਹਿਰ ਗਈ ਸੈਦ ਨੇ ਦੂਜੇ ਦਿਨ ਖਾਨ ਸਾਹਿਬ ਨੂੰ ਕੱਲਿਆਂ ਦੇਖ ਕੇ ਜਾ ਸਿੱਖਿਆ ਮਹਾਰਾਜ ਆਪ ਦੇ ਘਰ ਚ ਗੈਰ ਆਦਮੀ ਰਹਿੰਦਾ ਹੈ ਔਰ ਆਪ ਦੀ ਇਸਤਰੀ ਉਸ ਨਾਲ ਵਿਗੜੀ ਹੋਈ ਹੈ ਆਪ ਨੂੰ ਕੁਝ ਪਤਾ ਨਹੀਂ ਲੱਗਦਾ ਸੁਣਦੇ ਸਰ ਖਾਨ ਦਾ ਹੱਥ ਤਲਵਾਰ ਤੇ ਗਿਆ ਕੜਕ ਕੇ ਬੋਲੇ ਬਲੌ ਸੈਦ ਫਾਤਿਮਾ ਨੂੰ ਸੈਦ ਫਾਤਿਮਾ ਨੂੰ ਲੱਭਣ ਗਈ ਪਰ ਉਹ ਲੱਭੀ ਨਾ ਉਹ ਸਮਝ ਗਏ ਵੀ ਹੁਣ ਅੰਦਰ ਹੋਣੀ ਹੈ ਚੰਗਾ ਹੋਇਆ ਸਿਰੋਂ ਫੜਾਵਾਂਗੀ ਤਾਂ ਦੋਹਾਂ ਦਾ ਕੰਮ ਪਾਰ ਹੋ ਜਾਏਗਾ ਦੌੜੀ ਗਈ ਔਰ ਬੋਲੀ ਆਓ ਖਾਨ ਸਾਹਿਬ ਸਿਰੋਂ ਫੜਾਵਾਂ ਖਾਨ ਸਾਹਿਬ ਲੋਹੇ ਲਾਖੇ ਹੋ ਤਲਵਾਰ ਫੜੀ ਆਏ ਸੈਦ ਨੇ ਗੁਪਤ ਬੂਏ ਖੋਲੇ ਖੁਸ਼ੀ ਨਾਲ ਉਛਲਦੇ ਦਿਲ ਅੰਦਰ ਬੜੀ ਪਰ ਤਰਤੀ ਦੇ ਲੇਕ ਸੜ ਗਏ ਉੱਥੇ ਤਾਂ ਬੰਦੇ ਦਾ ਮੁਸ਼ਕ ਵੀ ਨਹੀਂ ਸੀ ਅੱਗੇ ਪਿੱਛੇ ਢੁੰਡਿਆ ਪਰ ਕੁਛ ਨਾ ਲੱਭਾ ਖਾਨ ਸਾਹਿਬ ਚਕਰਾਏ ਕਬਰਾਏ ਸ਼ਰਮਾਏ ਤੇ ਪਿੱਛੇ ਮੁੜੇ ਫਿਰ ਸੈਦ ਦੀ ਗੁਤੜੀ ਪੁਆਈ ਔਰ ਦੋ ਚਾਰ ਹੂਰੇ ਲਾਏ ਛਿੱਥੇ ਹੋਏ ਬਾਹਰ ਨਿਕਲੇ ਤਦ ਖਾਨ ਸਾਹਿਬ ਲੱਗੇ ਢੁੰਡਣ ਸੌਣ ਵਾਲੇ ਕਮਰੇ ਗਏ ਤਦ ਫਾਤਿਮਾ ਇਬਾਦਤ 'ਚ ਬੈਠੀ ਪਾਈ ਬੇਵੱਸ ਹੋ ਖਾਨ ਸਾਹਿਬ ਨੇ ਉਹਨੂੰ ਗੱਲ ਨਾਲ ਲਾ ਲਿਆ ਸਾਰਾ ਕੱਚਾ ਚਿੱਠਾ ਕਹਿ ਸੁਣਾਇਆ ਫਾਤਵਾ ਸੁਣ ਕੇ ਬੋਲੀ ਖਾਨ ਸਾਹਿਬ ਮੈਂ ਕਹਿੰਦੀ ਨਹੀਂ ਸੀ ਇਹ ਸ਼ਾਇਦ ਸ਼ੈਤਾਨ ਦੀ ਧੀ ਹੈ ਸਾਡਾ ਘਰ ਖਰਾਬ ਕਰੇਗੀ ਇਹਨੂੰ ਰੱਖਣਾ ਠੀਕ ਨਹੀਂ ਹੁਣ ਵੀ ਜੇ ਆਪ ਕੱਢ ਦਿਓ ਤਾਂ ਠੀਕ ਹੈ ਖਾਨ ਸਾਹਿਬ ਸਹਾਰ ਨਾ ਸਕੇ ਦੌੜੇ ਗਏ ਗੁੱਤੋ ਫੜ ਕੇ ਸ਼ੈਦ ਨੂੰ ਬਾਹਰ ਕੀਤਾ ਸਾਰੇ ਘਰ 'ਚ ਹੀ ਹਾਲ ਮਾਲੂਮ ਹੋ ਗਿਆ ਸਾਰੇ ਨੌਕਰ ਖੁਸ਼ ਹੋਏ ਕਿ ਬਲਾ ਗਈ ਕਿਉਂਕਿ ਹੁਣ ਉਹ ਹਰ ਇੱਕ ਨਾਲ ਨੋਂ ਲੈਂਦੀ ਹੁੰਦੀ ਸੀ ਕਾਂਡ ਨੋਆ ਰਾਤ ਨੂੰ ਜਦ ਦੋ ਪੈਰ ਬੀਤੇ ਤਦ ਫਾਤਿਮਾ ਚੁਪਕਰੀਤੀ ਉੱઠી ਦੂਜੇ ਪਾਸੇੋਂ ਗੁਪਤ ਬੂਹਾ ਖੋਲਿਆ ਅਰਸਤਵੰਤ ਕੌਰ ਪਾਸ ਪਹੁੰਚੀ ਜਾ ਕੇ ਅਚਰਜ ਕੌਤਕ ਡੇਟਾ ਸਤਵੰਤ ਕੌਰ ਨਾ ਪਾਈ ਕਲੇਜਾ ਤੱਕ ਤੱਕ ਕਰਨ ਲੱਗ ਪਿਆ ਜਿੰਦ ਮੁਠੇ ਚ ਆ ਗਈ ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾਵੇ ਹੱਥਾਂ ਦੇ ਤੋਤੇ ਉੱਡਦੇ ਜਾਣ ਇੱਕ ਰੰਗਾ ਵੇਖ ਜਾਵੇ ਦਿਲ ਚ ਸੋਚ ਕ ਭਰੇ ਇੱਧਰ ਉੱਧਰ ਤੱਕ ਕੇ ਭਾਲੇ ਫਿਰ ਗੋਤੇ ਲਹਿ ਜਾਵੇ ਇਸ ਤਰ੍ਹਾਂ ਦੀ ਹੈਰਾਨੀ ਚ ਅੱਧਾ ਘੰਟਾ ਲੰਘਿਆ फातिमा बेसुध होके ਘੜੀ ਪਰ ਪਈ ਰਹੀ ਹੋ ਕਿ ਫੇਰ ਇਹਦੀ ਅੱਖ ਖੁੱਲੀ ਕੀ ਵੇਖਦੀ ਐ ਸਤਵੰਤ ਕੌਰ ਨੇ ਸਿਰ ਪੱਟਾਂ ਤੇ ਰੱਖਿਆ ਹੋਇਆ ਔਰ ਪਾਣੀ ਦੇ ਛਿੱਟੇ ਮਾਰ ਰਹੀ ਐ ਸਤਵੰਤ ਕੌਰ ਨੂੰ ਦੇਖ ਦੇ ਖੁਸ਼ੀ ਨਾਲ ਸਰੀਰ ਭਰ ਆਇਆ ਹੰਬਲੇ ਮਾਰ ਕੇ ਉੱਠੀ ਔਰ ਐਉਂ ਗੱਲ ਮਿਲੀ ਕਿ ਸਾਰਾ ਜ਼ੋਰ ਲਾ ਕੇ ਗੱਲ ਨਾਲ ਘੁੱਟ ਲਿਆ ਔਰ ਛੱਡੇ ਨਾ ਕਿੰਨੇ ਚਿਰ ਪਿੱਛੋਂ ਛੱਡ ਕੇ ਪਾਸ ਹੋ ਬੈਠੀ ਔਰ ਲੱਗੀ ਪੁੱਛਣ ਕਿ ਇਹ ਕੀ ਕਾਤਕ ਸੀ ਸਤਵੰਤ ਕੌਰ ਬੀਬੀ ਕੀ ਦੱਸਾਂ ਸੈਦ ਦੇ ਮਾਮਲੇ ਤੋਂ ਚਿੱਤ ਉਦਾਸੀਨ ਹੋ ਗਿਆ ਮੈਂ ਸੋਚਿਆ ਕਿ ਬੱਕਰੇ ਦੀ ਮਾਂ ਕਦ ਤੱਕ ਸੁਖਣਾ ਸੁਖੇਗੀ ਇੱਕ ਦਿਨੇ ਬੋਲ ਖੁੱਲ ਜਾਏਗਾ ਔਰ ਜਦ ਖੁੱਲੇਗਾ ਤੇਰੇ ਸਿਰ ਅਬਦਾ ਪਏਗੀ ਤੇ ਮੈਂ ਫਸਾਂਗੀ ਤਾਂ ਸਹੀ ਪਰ ਮੇਰਾ ਕੀ ਹੈ ਮੈਂ ਤਾਂ ਇਸ ਧਰਤੀ 'ਚ 5 ਰੁਪਏ ਦੀ ਚੀਜ਼ ਆ ਮਾਰੀ ਗਈ ਤਾਂ ਮਾਰੀ ਗਈ ਪਰ ਤੁਸੀਂ ਅਮੀਰ ਲੋਕਾਂ ਨੂੰ ਮੇਰੇ ਨਾਲ ਪਿਸ ਜਾਓ ਮੈਨੂੰ ਪਨਾਹ ਦੇਣੀ ਕੋਈ ਛੋਟਾ ਜਿਹਾ ਪਾਪ ਨਹੀਂ ਹੈ ਫਾਤਿਮਾ ਹੈ ਤਾਂ ਠੀਕ ਪਰ ਸਾਡਾ ਪਰਦਾ ਪਾਟ ਕਿਸ ਤਰ੍ਹਾਂ ਹੋ ਸਕਦਾ ਹੈ ਇਸ ਥਾਂ ਨੂੰ ਕੋਈ ਜਾਣਦਾ ਨਹੀਂ ਔਰ ਫਿਰ ਇਸ ਵਿੱਚੋਂ ਬਚਣ ਜਾਣ ਦਾ ਰਸਤਾ ਜੰਗਲ ਨੂੰ ਹੈ ਘਰ 'ਚ ਇੱਕ ਸੈਦ ਫਿੱਟਣੀਆਂ ਦਾ ਫੇਟ ਸੀ ਨਿਕਲ ਗਈ ਬਾਕੀ ਨੌਕਰ ਮੇਰੀ ਥਾਂ ਲਹੂ ਡੋਲਦੇ ਸਤਵੰਤ ਕੋਰ ਸੱਚ ਹੈ ਪਰ ਕੁਦਰਤ ਦੇ ਕਾਰਨਾਮੇ ਨਿਆਰੇ ਹਨ ਸਿਆਣਪਾਂ ਦੀ ਪੇਛਣੀ ਚੱਲਦੀ ਇਸ ਕਰਕੇ ਮੈਂ ਅਜ ਚਾਇਆ ਕਿ ਅੱਗੋਂ ਦਾ ਸਾਰਾ ਰਸਤਾ ਦੇਖਾਂ ਵਾਂ ਸੋ ਬੱਤੀ ਲੈ ਕੇ ਚਲੀ ਗਈ ਅਰ ਦੂਜੇ ਲੰਮੇ ਰਸਤੇ ਜੋ ਜੰਗਲ ਚ ਜਾਂਦਾ ਹੈ ਸੁਰੰਗ ਬਾਹਰ ਨਿਕਲ ਗਈ। ਜੰਗਲ ਸੁੰਨਸਾਨ ਪਿਆ ਸੀ। ਮੈਂ ਕੁਝ ਦੂਰ ਚਲੀ ਗਈ। ਇੱਕ ਪੱਥਰ ਦੇ ਉਲੇ ਦੋ ਸਪਾਈ ਬੈਠੇ ਗੱਲਾਂ ਕਰਦੇ ਸੀ। ਮੈਂ ਖੜੋ ਕੇ ਸੁਣਿਆ ਪਤਾ ਲੱਗਾ ਕਿ ਮੇਰੀਆਂ ਹੀ ਗੱਲਾਂ ਕਰਦੇ। ਪਾਤਸ਼ਾਹ ਨੂੰ ਸ਼ੱਕ ਹੈ ਕਿ ਮੈਂ ਸ਼ਾਇਦ ਸੜੀ ਨਹੀਂ। ਇਸ ਕਰਕੇ ਲੱਭਣ ਵਾਸਤੇ ਇਨਾਮ ਮੁਕਰਰ ਹੋਇਆ ਹੈ। ਇਹ ਗੱਲਾਂ ਸੁਣ ਕੇ ਮੈਂ ਮੁੜਾਈ। ਅਰਾ ਕੇ ਤੁਹਾਨੂੰ ਬੇਹੋਸ਼ ਢੇਠਾ ਫੇਛੇ ਛਿੱਟੇ ਮਾਰ-ਮਾਰ ਕੇ ਹੌਸ਼ ਚਾਹੰਦੀ। ਫਾਤਮਾ ਤੁਸੀਂ ਬੜਾ ਹਾਸਲਾ ਕਰਦੇ ਹੋ ਕੀ ਕਰਾਂ ਦੁਖੜੇ ਚੱਲ ਚੱਲ ਕੇ ਦਿਲ ਕੁਝ ਕਰੜਾ ਹੋ ਗਿਆ ਹੈ ਫਾਤਿਮਾ ਤੁਸੀਂ ਨਸੇ ਹੋਏ ਹੋ ਔਰ ਇੱਥੇ ਨਾਲੋਂ ਵਧੇਰੇ ਬਚਾਓ ਦੀ ਜਗ੍ਹਾ ਹੋਰ ਮੈਨੂੰ ਵੀ ਕੋਈ ਨਹੀਂ ਦਿਸਦੀ ਸਤਵੰਤਕਾਰ ਸੱਚ ਹੈ ਇਸ ਗੱਲ ਨੂੰ ਤਾਂ ਮੈਂ ਵੀ ਜਾਣਦੀ ਹਾਂ ਪਰ ਕੇਵਲ ਜਿੰਦ ਹੀ ਨਹੀਂ ਬਚਾਉਣੀ ਚਾਹੁੰਦੀ ਮੈਂ ਜਿਉਂਦੇ ਜੀ ਮਾਤਾ ਪਿਤਾ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਕੀ ਪੰਜਾਬ ਜਾਣ ਦਾ ਸੰਕਲਪ ਹੈ ਜੀ ਆ ਇਹ ਬੜੀ ਕਠਨ ਗੱਲ ਐ ਤੀਵੀਂ ਜਾਤ ਕੋਈ ਸਾਥੀ ਨਹੀਂ ਫਿਰ ਪਾਦਸ਼ਾਹ ਦਾ ਡਰ ਪੰਛਣਾ ਬੜਾ ਕਠਨ ਐ ਸਤਵੰਤ ਕੌਰ ਇਹ ਮੈਂ ਵੀ ਜਾਣਦੀ ਆ ਪਰ ਕੀ ਕਰਾਂ ਮੇਰਾ ਦਿਲ ਹਾਰ ਨਹੀਂ ਦਿੰਦਾ ਇਹ ਉਹ ਕਹਿੰਦਾ ਕਿ ਸਿੱਖ ਦੀ ਧੀ ਅੱਗੇ ਵਿਪਤਾ ਝਾਗਣੀ ਕੋਈ ਹੱਡੀ ਗੱਲ ਨਹੀਂ ਫਾਤਿਮਾ ਬੀਬੀ ਤੁਹਾਡਾ ਹੌਸਲਾ ਹੈ ਕਹਿ ਰਹਿ ਜਦ ਕਦੀ ਸਾਡਾ ਪਾਦਸ਼ਾਹ ਹਿੰਦੁਸਤਾਨ ਲੁੱਟ ਕੇ ਆਉਂਦਾ ਸੀ ਤਾਂ ਦਾਇ ਲੋਕਾਂ ਤੋਂ ਸਿੱਖਾਂ ਦੀਆਂ ਗੱਲਾਂ ਸੁਣੀ ਦੀਆਂ ਸੰ ਤੇ ਹੈਰਾਨ ਹੋਈਦਾ ਸੀ ਕਿ ਐਡੇ ਕਰੜੇ ਜਿਗਰੇ ਦੇ ਆਦਮੀ ਕਿੱਥੋਂ ਉਪਜ ਪਏ। ਕਈ ਕਈ ਅਚਰਜ ਬਾਤਾਂ ਲੋਕੀ ਕਰਨ ਪਰ ਅਸੀਂ ਹੱਥ ਛੱਡਣਾ ਕਿ ਐਵੇਂ ਕਹਾਣੀਆਂ ਕਰਦੇ ਹਨ। ਪਰ ਹੁਣ ਤਾਂ ਤੁਹਾਨੂੰ ਵੇਖ ਕੇ ਨਿਸ਼ਚਾ ਹੋ ਗਿਆ ਕਿ ਸਿੱਖ ਸੱਚਮੁੱਚ ਅਚਰਜ ਬਹਾਦਰ ਹਠੀ ਤੇ ਧਰਮੀ ਹਨ। ਸਤਵੰਤ ਕੌਰ ਬੀਬੀ ਕੀ ਦੱਸਾਂ ਨਾ ਸਾਡੇ ਪਾਸ ਰਾਜ ਨਾ ਖੇਲਾ ਨਾ ਦੇਸ਼ ਨਾ ਖਜ਼ਾਨੇ ਇੱਕ ਰੱਬ ਦੀ ਮੇਂ ਆਸ ਜਿਸ ਪਰ ਸਾਰਾ ਪੰਥ ਜਾਨਾ ਪਰ ਖੇਡਦਾ। ਆਰ ਵੈਰੀਆਂ ਦੇ ਮੂੰਹ ਸ਼ਾਬਾਸ਼ ਤੇ ਧੰਨ ਧੰਨ ਕਰਾਉਂਦਾ ਹੈ ਫਾਤਮਾ ਸੱਚ ਹੈ ਮੈਂ ਪਰਤੱਖ ਦੇਖ ਲਿਆ ਇਹਨੇ ਨੂੰ ਕੁਝ ਰਸਲ ਜੀ ਆਵਾਜ਼ ਆਈ ਫਾਤਮਾ ਤਾਂ ਚਲੀ ਗਈ ਸਤਵੰਦ ਕੌਰ ਨੇ ਦਿਨ ਹੋਣ ਤੋਂ ਪਹਿਲਾਂ ਹੀ ਮਰਦਾਵੇਂ ਕੱਪੜੇ ਪਾ ਕੇ ਪਠਾਣੀ ਸ਼ਕਲ ਬਣਾ ਕੇ ਸੁਰੰਗ ਦੇ ਰਸਤੇ ਜੰਗਲ ਦਾ ਰਸਤਾ ਫੜ ਲਿਆ ਕਾਂਡ 10 ਕਾਬਲ ਸ਼ਹਿਰ ਤੋਂ ਥੋੜੀ ਦੂਰ ਕੋਈ ਤਰ੍ਹਾਂ ਕੋ ਘੜੀ ਦਿਨ ਚੜੀ ਇੱਕ ਰੁਖੇਟ ਦੋ ਜਵਾਨ ਜੋ ਲਾਲ ਪੱਗ ਤੋਂ ਹਿੰਦੂ ਜਾਪਦੇ ਹਨ ਬੈਠੇ ਗੱਲਾਂ ਕਰ ਰਹੇ ਹਨ ਪਹਿਲਾ ਫਿਰ ਮੈਂ ਕੀ ਕਰਾਂ ਦੂਜਾ ਭਰਾ ਜੀ ਮੈਂ ਕੀ ਦੱਸਾਂ ਪਹਿਲਾ ਮੰਗਵੀ ਚਾਦਿਓ ਦੂਜਾ ਔਖੀ ਗੱਲ ਮੈਂ ਫਿਰ ਅੰਨ ਕਿਕਰ ਅੰਗੀਕਾਰ ਕਰਾਂ ਦੂਜਾ ਇਹ ਗੱਲ ਦਾ ਫਿਕਰ ਮੈਨੂੰ ਵੀ ਹੈ ਪਰ ਤੁਸੀਂ ਰੋਜ਼ ਆਜਾਇਆ ਕਰੋ ਪਹਿਲਾ ਏਡੀ ਦੁਰਵਾਂ ਨਹੀਂ ਹੁੰਦਾ ਜੇ ਤੁਸੀਂ 5 ਦਿਨ ਵਾਸਤੇ ਹੋਰ ਦੇ ਦਿਓ ਤਾਂ ਮੈਂ ਦਿਨ ਰਾਤ ਲਾ ਕੇ ਕੰਟ ਕਰ ਲਵਾਂ ਦੂਜਾ ਮੈਂ ਬਥੇਰਾ ਪਿਤਾ ਨੂੰ ਕਿਹਾ ਉਹ ਨਹੀਂ ਮੰਨਦੇ ਮੈਨੂੰ ਚੋਰੀ ਕੱਢ ਦਿਓ ਚੋਰੀ ਕਿਕਰ ਕਰਦੇ ਆ ਲੋਹੇ ਦੇ ਸੰਦੂਕਾਂ ਦੇ ਜੰਦਰੇ ਕੌਣ ਤੋੜ ਸਕੇ ਪਹਿਲਾ ਅੱਛਾ ਮੇਰੇ ਭਰਾ ਜੇ ਤੁਹਾਡੇ ਛੇਮਤ ਨਹੀਂ ਸੀ ਤਾਂ ਮੈਨੂੰ ਚਾਹ ਠੀ ਕਿਉਂ ਲਾਈ ਦੂਜਾ ਮਾੜਾ ਤਾਂ ਨਹੀਂ ਕੀਤਾ ਭਲਾ ਹੀ ਹੈ ਨਾ ਪਹਿਲਾ ਹਾਂ ਕਿਸੇ ਨੂੰ ਅਫੀਮ ਖਾਣੀ ਸਿਖਾਲ ਕੇ ਫਿਰ ਡੱਬੀ ਲੁਕਾ ਲੈਣੀ ਕਈ ਭਲਾਈ ਹੈ ਦੂਜਾ ਤੂੰ ਦੱਸ ਮੇਰੇ ਕੀ ਵਾਸ ਹੈ ਪਹਿਲਾ ਠੀਕ ਹੈ ਪਰ ਅਮਲੀ ਵੀ ਕੀ ਕਰੇ ਕੀ ਦੱਸਾਂ ਕੁਝ ਵਾਹ ਨਹੀਂ ਚੱਲਦੀ ਅੱਛਾ ਤੁਸੀਂ 4 ਦਿਨ ਮੇਰੇ ਕੋਲ ਚੱਲ ਰੋ ਦੂਜਾ ਇਹ ਪਿਤਾ ਜੀ ਨਹੀਂ ਮੰਨਦੇ ਉਹ ਡਰਦੇ ਹਨ ਰਾਤੀ ਕਹਿੰਦੇ ਸਨ ਕਿ ਪੰਜਾਬ ਚੋਂ ਸਿੱਖਾਂ ਦੇ ਰਾਮ ਰੌਲੇ ਦੀ ਖਬਰ ਆਈ ਹੈ ਪਰ ਅਰ ਅਮੀਰ ਬੜਾ ਤਪ ਰਿਹਾ ਹੈ ਆਸ ਤਾਂ ਨਹੀਂ ਪਰ ਖਬਰ ਇਹ ਤੋਂ ਦੋ ਸਿੱਖਾਂ ਪਰ ਵੀ ਕੁਝ ਘੈਰ ਉਤਰ ਪਵੇ ਇਸ ਕਰਕੇ ਲੁੱਕ ਕੇ guzara ਕਰਨਾ ਚਾਹੀਏ ਪਹਿਲਾ ਅੱਛਾ ਫੇਰ ਭੁੱਖ ਹੋਟੇ ਪ੍ਰਾਨ ਦੇ ਛੱਡਾਂਗੇ ਇਨਾਂ ਦੀਆਂ ਗੱਲਾਂ ਇੱਕ ਨੱਡਾ ਸੁਣ ਰਿਹਾ ਸੀ ਉਹ ਹੱਥ ਜੋੜ ਕੇ ਅੱਗੇ ਆ ਖੜੋਤਾਰ ਬੋਲਿਆ ਕਿ ਮੈਂ ਆਣ ਬੁਲਾਇਆ ਬੋਲਦਾ ਪਰ ਤੁਹਾਡੇ ਲਾਭ ਲਈ ਤੁਸੀਂ ਪੰਜ ਗ੍ਰੰਥੀ ਪੋਥੀ ਮੰਗਦੇ ਹੋ ਤੁਹਾਨੂੰ ਪਾਠ ਦਾ ਰਸ ਪੈ ਗਿਆ ਤੇ ਇਹ ਦੇ ਨਹੀਂ ਸਕਦੇ ਤੁਸੀਂ ਇੱਕ ਭੁੱਲ ਕੀਤੀ ਜੇ ਕਦੀ ਜਪਜੀ ਕੰਠ ਕਰ ਲੈਂਦੇ ਤਾਂ ਵੀ ਪਾਠ ਦੀ ਬਹਾਰ ਲੱਗੀ ਰਹਿੰਦੀ ਹੁਣ ਜੇ ਤੁਸੀਂ ਮੇਰੀ ਗੱਲ ਪ੍ਰਵਾਨ ਕਰੋ ਤਾਂ ਮੈਂ ਤੁਹਾਡੀ ਸੇਵਾ ਕਰ ਸਕਦਾ ਕਾਗਜ਼ ਕਲਮ ਦਵਾਤ ਲਿਆ ਦਿਓ ਤਾਂ ਮੈਂ ਤੁਹਾਨੂੰ ਹੱਥੀ ਲਿਖ ਦਿਆਂਗਾ ਜਪਜੀ ਸਾਹਿਬ ਹਜ਼ਾਰੇ ਦੇ ਸ਼ਬਦ ਤੇ ਰਹਿਰਾਸ ਸੋ ਇਹ ਅਸੁਖਮਨੀ ਇਤਿਆਸ ਆ ਦੀ ਬਾਤ ਮੇਰੇ ਕੰਠ ਹਨ ਬਾਕੀ ਬਾਣੀਆਂ ਨਹੀਂ ਜੇ ਇਨੀਆਂ ਬਾਣੀਆਂ ਚਾਹੋ ਤਦ ਮੈਂ ਤੁਹਾਨੂੰ ਹੱਥੀ ਲਿਖ ਕੇ ਦੇ ਸਕਦਾ ਇਹ ਖੁਸ਼ੀ ਦੀ ਖਬਰ ਸੁਣ ਕੇ ਦੋਹਾਂ ਨੇ ਚਰਨ ਫੜ ਲਏ ਅਰਚਾਉ ਨਾਲ ਬੇਬਲ ਹੋ ਕੇ ਬੋਲੇ ਧੰ ਧੰ ਜਨਮ ਧੰ ਜਨਮ ਕੋਈ ਸ਼ਹੀਦ ਸਿੰਘ ਆ ਬੋੜੇ ਧੰ ਜਨਮ ਧੰ ਜਨਮ ਵਾਰਨੇ ਥੀ ਵੰਜਾ ਕੁਰਬਾਨ ਥੀ ਵੰਜਾ ਨੱਡਾ ਮੇਰੇ ਪੈਰ ਨੋ ਫੜੋ ਮੈਂ ਸ਼ਹੀਦ ਨਹੀਂ ਤੁਹਾਡਾ ਹੀ ਸਿੱਖ ਭਰਾ ਸਾਧ ਸੰਗਤ ਦਾ ਸੇਵਕ ਆ ਪਹਿਲੇ ਮਨੁੱਖ ਦਾ ਨਾਮ ਤੋਤਾਰਾਮ ਹੈ ਅਰ ਸਿੰਘ ਸਜਣ ਨੂੰ ਤਿਆਰ ਸੀ ਤੇ ਦੂਜੇ ਦਾ ਨਾਮ ਮੰਗਲ ਸਿੰਘ ਸੀ ਜਿਹਦੇ ਉਪਦੇਸ਼ ਕਰਕੇ ਪਹਿਲਾ ਤਿਆਰ ਹੋਇਆ ਸੀ ਤੋਤੇ ਨੂੰ ਇਹਨੇ ਪੰਜ ਗ੍ਰੰਥੀ ਦਿੱਤੀ ਸੀ ਜੋ ਉਸ ਸਮੇਂ ਬੜੀਆ ਮੁੱਲਕ ਹੋਣ ਕਰਕੇ ਮੰਗਲ ਸਿੰਘ ਦੇ ਪਿਤਾ ਨੇ ਮੋੜ ਲਈ ਅਰ ਫੇਰ ਨਾ ਦਿੱਤੀ ਇਸੇ ਗੱਲੇ ਤੋਤਾਰਾਮ ਉਦਾਸ ਹੋ ਰਿਹਾ ਸੀ ਕਿ ਪਰਮੇਸ਼ਰ ਨੇ ਉਹਦੀ ਸੁਣ ਲਈ ਅਰ ਉਹਦੇ ਪਾਸੇ ਸਿੱਖ ਲਿਖਾਰੀ ਘੱਲ ਦਿੱਤਾ ਹੁਣ ਸਲਾਏ ਹੋਈ ਇਹ ਤੋਤਾਰਾਮ ਉਸ ਨੱਡੇ ਨੂੰ ਨਾਲ ਆਪਣੇ ਪਿੰਡ ਲੈ ਜਾਵੇ ਯਾਰ ਆਪਣੇ ਘਰ ਰੱਖੇ ਪਰ ਉਹਨਾਂ ਨੇ ਦੇਖਾ ਕਿ ਬਾਲਕੇ ਦੇ ਸਿਰ ਤੇ ਪੱਗ ਚਿੱਟੀ ਹੈ ਸੋ ਮੰਗਲ ਸਿੰਘ ਨੇ ਆਪਣੀ ਪੱਗ ਨਾਲ 2 ਗਜ ਕਪੜਾ ਪਾੜ ਦਿੱਤਾ ਕਿ ਆਪਣੇ ਸਿਰ ਤੇ ਬਲੇਟ ਲਾ ਵੀ ਕਾਰਨ ਇਹ ਸੀ ਕਿ ਕਾਬਲ ਚ ਤਰੀਕਾ ਸੀ ਕਿ ਜੋ ਮੁਸਲਮਾਨ ਨਹੀਂ ਲਾਲ ਪੱਗ ਰੱਖੇ ਤਾਂ ਜੋ ਪਛਾਣਿਆ ਜਾਵੇ ਗੱਲ ਕਿ ਦੋਵੇਂ ਮਿੱਤਰ ਵੇਦਾ ਹੋ ਯਾਰ ਤੋਤਾ RAM ਤੇ ਲਿਖਾਰੀ ਨੱਡਾ ਪਿੰਡ ਚਲੇ ਗਏ ਉੱਥੇ ਜਾ ਕੇ ਉਹਨੇ ਆਪਣੇ ਘਰ ਚ ਇੱਕ ਨਵੇਕਲਾ ਕੋਠਾ ਦੇ ਦਿੱਤਾ ਕਲਮ ਦੁਆਦ ਕਾਗਤ ਵੀ ਮੰਗਾ ਦਿੱਤਾ ਇਸ ਸਿੱਖ ਗੱਭਰੂ ਨੇ ਜਪਜੀ ਤਾਂ ਤਿੰਨ ਦਿਨਾਂ ਚ ਹੀ ਲਿਖ ਦਿੱਤੀ। ਮੋਤੀਆਂ ਵਰਗੇ ਅੱਖਰ ਦੇਖ ਕੇ ਤੋਤਾਰਾਮ ਬਾਗ ਬਾਗ ਹੋ ਗਿਆ। ਉਹਨੂੰ ਆਪ ਮੁਹਾਰਾ ਪਿਆਰ ਆਵੇ ਤੇ ਵਧੇਕ ਤੋਂ ਵਧੇਕ ਆਦਰ ਪਾ ਕਰੇ ਤੇ ਤੋਤਾਰਾਮ ਦੀ ਚਾਹ ਪੂਰੀ ਹੋ ਗਈ ਬਾਣੀ ਦਾ ਆਨੰਦ ਆ ਗਿਆ ਔਰ ਨਿਤਨੇਮ ਦਾ ਨਿਰਵਾਹ ਹੋਣ ਲੱਗਾ। ਕੁਛ ਸਿਰ ਪਾ ਕੇ ਚੋਰੀ-ਚੋਰੀ ਅਮਰਿਤ ਛਕ ਕੇ ਤੋਤਾਰਾਮ ਸਿੰਘ ਸਜ ਗਿਆ। ਹੁਣ ਉਸ ਬਾਲਕ ਦੀ ਖਾਤਰ ਦਿਨੋਂ ਦਿਨ ਵਧਣ ਲੱਗੀ। ਕਿਉਂਕਿ ਪੋਥੀਆਂ ਦੀ ਲੋੜ ਹਰ ਕਿਸੇ ਨੂੰ ਸੀ ਪਰ ਲਬ ਦੀ ਬੜੀ ਔਖੀ ਹੁੰਦੀ ਸੀ ਕਾਬਲ ਚ ਕਈ ਵੇਰ ਪੰਜ ਗਰੰਤੀ 500 ਨੂੰ ਹੱਥ ਨਹੀਂ ਸੀ ਆਉਂਦੀ ਪਰ ਇਸ ਪੁਜੰਗੀ ਨੇ ਬਿਨਾ ਪੈਸੇ ਲੈਤੇ ਤੇ ਕੇਵਲ ਅਨ ਬਸਤਰ ਦਾ ਗੁਜ਼ਾਰਾ ਤੋਰ ਕੇ ਕਈ ਪੋਥੀਆਂ ਲਿਖ ਦਿੱਤੀਆਂ ਇਸ ਕਰਕੇ ਹੌਲੀ ਹੌਲੀ ਸਾਰੇ ਸਿੰਘਾਂ ਚੇ ਦਾ ਜਸ ਫੈਲ ਗਿਆ ਜਿਹਦਾ ਨਾਮ ਜਸਵੰਤ ਸਿੰਘ ਸੀ ਜਸਵੰਤ ਸਿੰਘ ਦੀ ਚੰਗੀ ਆਗਤ ਭਗਤ ਹੋਣ ਲੱਗ ਪਈ ਤੇ ਇੱਕ ਦਿਨ ਇੱਕ ਸ਼ਾਹੂਕਾਰ ਦਾ ਪਿਤਾ ਬਿਮਾਰ ਸੀ ਉਹਨੇ ਪੁੱਤ ਨੂੰ ਕਿਹਾ ਕੁਈ ਐਸਾ ਸਿੱਖ ਲਿਆ ਜੋ ਸੁਖਮਨੀ ਦਾ ਪਾਠ ਸੁਣਾਵੇ ਭਾਗਾ ਨੂੰ ਜਸਵੰਤ ਸਿੰਘ ਉੱਥੇ ਸੀ ਉਹਨੂੰ ਲੈ ਗਏ ਜਸਵੰਤ ਸਿੰਘ ਨੇ ਐਸੀ ਮਧਰ ਸੁਰ ਨਾਲ ਪਾਠ ਕੀਤਾ ਕਿ ਉਹਦਾ ਤਨ ਮਨ ਠਰ ਗਿਆ ਉਸੇ ਦਿਨ ਉਹਨੂੰ ਕੁਝ ਫਰਕ ਵੀ ਪੈ ਗਿਆ ਅਰ ਕੁਝ ਦਿਨਾਂ ਮਗਰੋਂ ਰਾਜ਼ੀ ਵੀ ਹੋ ਗਿਆ ਜਸਵੰਤ ਸਿੰਘ ਉਸ ਵਿਰਧ ਨੂੰ ਐਸਾ ਪਿਆਰਾ ਲੱਗਾ ਕਿ ਉਹਨੇ ਇਹਨੂੰ ਘਰ ਆਪਣੇ ਬਸ ਰੱਖ ਲਿਆ ਜਸਵੰਤ ਸਿੰਘ ਸੁਖਮਨੀ ਦਾ ਰੋਜ਼ ਪਾਠ ਕਰਿਆ ਕਰੇ ਬਿਰਦ ਸੁਣਿਆ ਕਰੇ ਤੇ ਇੱਕ ਦਿਨ ਬੁੱਢਾ ਕਹਿਣ ਲੱਗਾ ਕਿ ਆਪ ਨੂੰ ਕੋਈ ਲਾਲਚ ਨਹੀਂ ਹੈ ਕੋਈ ਇੱਛਾ ਨਹੀਂ ਹੈ ਮੈਂ ਆਪ ਜੀ ਦੀ ਕੀ ਸੇਵਾ ਕਰ ਸਕਦਾ ਹਾਂ ਪਰ ਫਿਰ ਵੀ ਜੀ ਕਰਦਾ ਕੁਝ ਸੇਵਾ ਮੈਨੂੰ ਦੱਸੋ ਜ਼ਰੂਰ ਜਸਵੰਤ ਸਿੰਘ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕੋਈ ਇੱਛਾ ਨਹੀਂ ਇੱਕ ਹੈ ਸੋ ਪੂਰੀ ਨਹੀਂ ਹੋ ਸਕਦੀ ਬਿਰਦ ਨਹੀਂ ਜ਼ਰੂਰ ਦੱਸੋ ਜਸਵੰਤ ਸਿੰਘ ਕੀ ਦੱਸਾਂ ਦੱਸ ਕੇ ਗਵਾਣੀ ਹੈ ਨਹੀਂ ਨਹੀਂ ਜ਼ਰੂਰ ਦੱਸੋ ਜਸਵੰਤ ਸਿੰਘ ਮੇਰਾ ਜੀ ਇੱਕ ਵਾਰ ਪੰਜਾਬ ਜਾਣ ਨੂੰ ਜੀ ਕਰਦਾ ਹੈ ਬਿਰਦ ਇਹ ਕੀ ਉਹਨੂੰ ਹੋਣੀ ਗੱਲ ਹੈ ਜਦ ਕੋਈ ਕਾਫਲਾ ਜਾਏਗਾ ਤੁਹਾਨੂੰ ਨਾਲ ਤੋਰ ਦੇਾਂਗੇ ਚਲੇ ਜਾਣਾ ਸ੍ਰੀ ਅੰਮ੍ਰਿਤਸਰ ਜੀ ਦਾ ਦਰਸ਼ਨ ਕਰਕੇ ਆਨੰਦ ਲੈ ਕੇ ਜਦ ਕਾਫਲਾ ਮੁੜੇ ਮੁੜਾਣਾ ਜਸਵੰਤ ਸਿੰਘ ਮੁੜ ਆਵਣ ਦਾ ਮੇਰਾ ਸੰਕਲਪ ਨਹੀਂ ਬਿਰਦ ਤੇ ਮੇਰਾ ਜੀਵਨ ਤੁਹਾਡੇ ਆਸਰੇ ਹੋ ਗਿਆ ਤੁਸੀਂ ਚਲੇ ਗਏ ਤਾਂ ਮੈਂ ਕੀ ਕਰਾਂ ਜਸਵੰਤ ਸਿੰਘ ਮੇਰਾ ਮੂੰਹ ਛੋਟੀ ਗੱਲ ਵੱਡੀ ਹੈ ਪਰ ਕਈ ਬਿਨਾਂ ਰਹਿ ਨਹੀਂ ਜਾਂਦਾ ਆਪਣੀ ਉਮਰ ਭੋਗ ਲਈ ਸਭ ਆਨੰਦ ਲੈ ਲਏ ਪੁੱਤਰ ਸਿਆਣੇ ਹੋ ਗਏ ਵਿਹਾਰ ਸਾਮ ਬੈਠੇ ਹਨ ਕਿਉਂ ਨਾ ਹੁਣ ਇਹਨਾਂ ਨੂੰ ਛੱਡ ਦਿਓ ਤੇ ਸ੍ਰੀ ਅਮਰਤ ਸਰ ਜੀ ਦਾ ਹੀ ਚੱਲ ਬੈਠੋ ਅਰ ਆਪਣਾਂ ਅੰਤ ਸਵਾਰ ਲਓ ਬਿਰਦ ਬਰਖੁਰਦਾਰ ਕਹਿੰਦਾ ਸੱਚੋ ਪਰ ਮੈਂ ਟੱਬਰ ਚ ਬੁਹਾਰੀ ਦਾ ਬੰਨ ਬੈਠਾ ਹਾਂ ਜਸਵੰਤ ਸਿੰਘ ਸੱਚ ਹੈ ਪਰ ਇੱਕ ਦਿਨ ਬੁਹਾਰੀ ਦੇ ਬੰਨ ਨੇ ਟੁੱਟਣਾ ਹੀ ਹੈ 4 ਦਿਨ ਪਹਿਲਾਂ ਸਹੀ ਬਿਰਦ ਦਿਲ ਤਾਂ ਚਰੋਕਣਾ ਕਰਦਾ ਪਰ ਇਸ ਬਾਲ ਬੱਚੇ ਦੀ ਮਮਤਾ ਕਰਕੇ اٹਕ ਜਾਈਦਾ ਤੇ ਜਦ ਸੋਚੀਦਾ ਕਿ ਅੰਤ ਸਭ ਨੂੰ ਛੱਡਣਾ ਤਾਂ ਫਿਰ ਜੀ ਕਰ ਆਉਂਦਾ ਇੱਕਰ ਜੱਕੋ ਤੱਕੋ ਚੀ ਰਹਿਦਾ ਜਸਵੰਤ ਸਿੰਘ ਜੱਕੋ ਤੱਕੋ ਛੱਡਣੇ ਚਾਹੀਦੇ ਮਿਰਦ ਅੱਛਾ ਅੱਜ ਟੱਬਰ 'ਚ ਗੱਲ ਕਰਸਾ ਉਸ ਦਿਨ ਟੱਬਰ 'ਚ ਗੱਲ ਤੁਰੀ ਭਲਾ ਕੌਣ ਮੰਨੇ ਛੋਟੇ ਵੱਡੇ ਮੁੰਡੇ ਕੁੜੀਆਂ ਸਾਰੇ ਰੋਣ ਲੱਗ ਪਏ ਅਸਾ ਤੇ ਵੱਡੇ ਬਾਪੂ ਜੀ ਨੂੰ ਨਹੀਂ ਜਾਣ ਦੇਣਾ ਤੇ ਬਾਪੂ ਹੋਰੀ ਕੁਝ ਹੱਥ ਝੋਗੇ ਗੱਲ ਕਿ ਇਸ ਤਰ੍ਹਾਂ ਕਈ ਦਿਨ ਛੇੜਖਾਨੀ ਚਲਦੀ ਰਹੀ ਤੇ ਇੱਕ ਦਿਨ ਬਿਰਧ ਨੂੰ ਢਿੱਡ ਚ ਅਸਾ ਸੂਲ ਉੱਠਿਆ ਕਿ ਠੱਲਿਆ ਨਾ ਜਾਏ। ਵਿਅਕਲ ਹੋ ਗਿਆ, ਇਲਾਜ-ਮਾਲ ਜੀ ਕੀਤੀ, ਪੀੜ ਹੱਟੀ ਪਰ ਇਹ ਸੰਕਲਪ ਹੋ ਗਿਆ ਕਿ ਇੱਕ ਵੇਰ ਜ਼ਰੂਰ ਅੰਮ੍ਰਿਤਸਰ ਜੀ ਚੱਲਣਾ ਹੈ ਕਿਉਂਕਿ ਇਸ ਪੀੜ ਨੇ ਮੌਤ ਦੀ ਦਿਖਾਲੀ ਦਿਖਾ ਦਿੱਤੀ ਸੀ ਤੇ ਦੱਸ ਦਿੱਤਾ ਕਿ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ। ਜੋ ਸ਼ੁਭ ਕੰਮ ਕਰਨਾ ਹੈ ਛੇਤੀ ਕਰ ਲੈਣਾ ਚਾਹੀਏ। ਟੱਬਰ ਨੇ ਵੀ ਇਹ ਗੱਲ ਮੰਨ ਲਈ ਪਰ ਤਾਂ ਜੇ ਬਾਪੂ ਹੋਰੇ ਜਾ ਕੇ ਉੱਥੇ ਰਹਿ ਰਹਿ ਨਾ ਭੈਣ ਮੋੜੋ ਬਿਰਦ ਨੇ ਜਸਵੰਤ ਸਿੰਘ ਨੂੰ ਇਹ ਗੱਲ ਦੱਸ ਦਿੱਤੀ ਕਿ ਮੈਂ ਉੱਥੇ ਜਾ ਕੇ ਨਾ ਮੁੜਾਂਗਾ ਇਹ ਗੱਲ ਸੁਣ ਕੇ ਜਸਵੰਤ ਸਿੰਘ ਨੇ ਕਿਹਾ ਕਿ ਮੈਨੂੰ ਇਹ ਗੱਲ ਨਹੀਂ ਪਹੁੰਦੀ ਕਿ ਲਾਰਾ ਲਾਓ ਭਾਵੇਂ ਆਪ ਦਾ ਸੰਕਲਪ ਸ਼ੋਭਾ ਤੇ ਇਸ ਕੂੜ ਵਿੱਚ ਸਵਾਰਤ ਦੀ ਜ਼ਰਾ ਜਿੰਨੀ ਵੀ ਲੇਸ ਨਹੀਂ ਪਰ ਤਦ ਵੀ ਸੱਚ ਸੱਚ ਹੈ ਨਾ ਸੱਚ ਕੂੜੀ ਹੈ ਇਸ ਲਈ ਤਬਰ ਨਾਲ ਸੱਚਾ ਬਚਨ ਕਰੋ ਬਿਰਦ ਇਹਨਾਂ ਤਾਂ ਐਵੇਂ ਜਾਣ ਨਹੀਂ ਦੇਣਾ ਜਸਵੰਤ ਸਿੰਘ ਫਿਰ ਤੁਸੀਂ ਮੁੜਾ ਹੋਣਾ ਦੋ ਚਾਰ ਮਹੀਨੇ ਉੱਥੇ ਲਾ ਆਉਣੇ ਕੀ ਤੁਸੀਂ ਨਾਲ ਆਓਗੇ ਰਸਵੰਤ ਸਿੰਘ ਮੈਂ ਮੁੜ ਆਉਣ ਦਾ ਭਰੋਸਾ ਨਹੀਂ ਦਿੰਦਾ ਪਰ ਜੇ ਤੁਹਾਨੂੰ ਉੱਥੇ ਪਹੁੰਚ ਕੇ ਮੇਰੇ ਉੱਥੇ ਹੀ ਰਹਿਣ ਨਾਲੋਂ ਤੁਹਾਡੇ ਨਾਲ ਮੁੜ ਆਉਣਾ ਚੰਗਾ ਪਾਸੇ ਤਦ ਮੈਂ ਵੀ ਆਵਾਂਗਾ ਪਰ ਜੇ ਤੁਸੀਂ ਹੀ ਉੱਥੇ ਜਾ ਕੇ ਕਿਹਾ ਵੀ ਭਾਈ ਸੱਜਣਾ ਤੂੰ ਪੰਜਾਬ ਚ ਹੀ ਰੋ ਤਦ ਤਾਂ ਤੁਹਾਡੇ ਨਾਲ ਨਾ ਮੁੜਨ 'ਚ ਮੇਰਾ ਕੋਈ ਦੋਸ਼ ਨਾ ਹੋ ਧੰਨਵਾਦ ਚਲਦਾ